ਉੱਠਿਆ ਤੇ ਜਦੋਂ ਕੁਝ ਘੰਟਿਆਂ ਬਾਅਦ ਆ ਦੁਪਹਿਰੇ ਸਵੇਰ ਹੀ ਸੀ 9 ਵਜੇ ਖਬਰ ਆਈ ਫੇਸਬੁੱਕ ਤੇ ਵੇਖਿਆ ਨੈੱਟ ਦੇ ਉੱਤੇ ਮੈਨੂੰ ਬੱਚਾ ਇੱਕ ਆਇਆ ਮੈਨੂੰ ਕਹਿੰਦਾ ਜੀ ਆ ਸਿੱਧੂ ਮੂਸੇਵਾਲੇ ਦੇ ਘਰ ਉਹਦੇ ਮਾਂ ਨੇ ਦੁਬਾਰਾ ਬੱਚੇ ਨੂੰ ਜਨਮ ਦਿੱਤਾ ਮੰਨ ਲਓ ਸਿੱਧੂ ਦੇ ਮੂਸੇਵਾਲੇ ਦਾ ਭਰਾ ਹੋਇਆ ਅਤੇ ਉਹ ਪਿਤਾ ਨੇ ਇੱਦਾਂ ਬੱਚਾ ਫੜਿਆ ਹੋਇਆ ਬਲਕੌਰ ਸਿੰਘ ਹੋਣਾ ਨੇ ਅਤੇ ਉਹ ਬੜੀ ਸਕੂਨ ਦੇਣ ਵਾਲੀ ਪਿਕਚਰ ਸੀ ਕਿਉਂਕਿ ਇੱਕ ਦਿਨ ਉਹਨੇ ਮੂਸੇਵਾਲੇ ਦਾ ਸਿੱਧੂ ਦਾ ਸਿਰ ਫੜਿਆ ਹੋਇਆ ਸੀ ਲਾਸ਼ ਸੀ ਜਿੱਦਣ ਉਹ ਵੀ ਉਹਨਾਂ ਹੱਥਾਂ ਨੇ ਫੜਿਆ ਸੀ ਅਤੇ ਇਹ ਅੱਜ ਬੱਚੇ ਨੂੰ ਇੱਦਾਂ ਫੜਿਆ ਹੋਇਆ ਉਹਦਾ ਇੱਡਾ ਸਿਰ ਸੀ ਜਿਹੜਾ ਇੰਨੇ ਉਹ ਇੱਡਾ ਵੱਡਾ ਕੱਦ ਸੀ ਉਹਦਾ ਉਹਦਾ ਇੱਡਾ ਸਿਰ ਇਹਦੇ ਹੱਥਾਂ 'ਚ ਆਉਂਦਾ ਨਹੀਂ ਸੀ ਜਦੋਂ ਸੰਸਕਾਰ ਕਰਿਆ ਅਤੇ ਅੱਜ ਇੱਕ ਇੱਡਾਂ ਦਾ ਬੱਚਾ ਜਿਹੜਾ ਬਿਲਕੁਲ ਹੱਥਾਂ 'ਚ ਆ ਗਿਆ ਮਾਤਾ ਚਰਨ ਕੌਰ ਦੀ ਵੀ ਮੈਂ ਪਿਕਚਰ ਵੇਖੀ ਜਦੋਂ ਉਹ ਹੋਸਪਿਟਲ 'ਚ ਮਾਂ ਉਹਨੂੰ ਵਿਖਾ ਰਹੇ ਆ ਬੱਚਾ ਵੀਡੀਓ ਵੇਖੀ ਜਦੋਂ ਬੱਚਾ ਲੈ ਕੇ ਆਏ ਨਾ ਉਹਨਾਂ ਨੇ ਇੱਦਾਂ ਵਿਖਾਇਆ ਜਨਮ ਤੋਂ ਬਾਅਦ ਮਾਂ ਨੂੰ ਵਿਖਾਉਂਦੇ ਆ ਅਤੇ ਸੱਚੀ ਮੈਨੂੰ ਇਹ ਲੱਗਦਾ ਸੀ ਮੈਂ ਕਿਹਾ ਅੱਜ ਕਿੰਨਾ ਵੱਡਾ ਸਕੂਨ ਮਿਲਿਆ ਹੋਣਾ ਜਦੋਂ ਉਹ ਬੱਚੇ ਨੂੰ ਇੱਦਾਂ ਵੇਖਿਆ ਹੋਣਾ ਇੱਕ ਦਰਦ ਸੀ ਇੱਕ ਉਹ ਦਿਨ ਸੀ ਇੱਕ ਆ ਦਿਨ ਅਤੇ ਯਾਦ ਰੱਖਣਾ ਕਦੇ ਇੱਕ ਸਾਰ ਨਹੀਂ ਰਹਿੰਦੇ ਜ਼ਮਾਨੇ ਬਦਲ ਜਾਂਦੇ ਨੇ ਸਮਾਂ ਬਦਲ ਜਾਂਦਾ ਮੇਰਾ ਮਨ ਅੱਜ ਖੁਸ਼ ਹੋਇਆ ਮੈਂ ਕਿਹਾ ਉਸ ਹਵੇਲੀ ਵਿੱਚ ਅੱਜ ਕੁਝ ਰੌਣਕ ਆਈ ਕੁਝ ਖੁਸ਼ੀ ਆਈ ਉਹਨਾਂ ਨੂੰ ਜ਼ਿੰਦਗੀ ਜਿਉਣ ਲਈ ਕੁਛ ਮਿਲ ਗਿਆ ਸਹਾਰਾ ਮਿਲ ਗਿਆ ਬਹੁਤ ਚੰਗੀ ਗੱਲ ਹੋਈ ਪਰ ਮਾਫ਼ ਕਰਨਾ ਕਈਆਂ ਨੂੰ ਨਹੀਂ ਮਿਲਦਾ ਉਹਨਾਂ ਨੂੰ ਕੁਝ ਹੋਰ ਸੋਚਣਾ ਪੈਣਾ ਕੁਝ ਹੋਰ ਤਰੀਕਾ ਲੱਭਣਾ ਪੈਣਾ ਆਪਣੇ ਆਪ ਨੂੰ ਉਸ ਗਮ ਦੇ ਵਿੱਚੋਂ ਉਸ ਤਕਲੀਫ਼ ਦੇ ਵਿੱਚੋਂ ਕੱਢਣਾ ਤਾਂ ਪੈਣਾ ਨਾ ਉਸ ਮੁਸ਼ਕਲ ਦੇ ਵਿੱਚੋਂ ਆਪਣੇ ਆਪ ਨੂੰ ਕੱਢਣਾ ਤਾਂ ਪੈਣਾ ਨਾ ਹੁਣ ਕਈਆਂ ਦੇ ਬੱਚਾ ਨਹੀਂ ਸਾਡੇ ਬੱਚਾ ਨਹੀਂ ਤੁਸੀਂ ਇੱਦਾਂ ਹੀ ਸੋਚੀ ਜਾਓ ਸਾਰਾ ਦਿਨ ਇੱਕ ਦੇ ਚੱਲਿਆ ਗਿਆ ਉਹ ਕਹਿੰਦੇ ਹੋਰ ਕੀ ਹੱਲ ਹੋ ਸਕਦਾ ਕਿਸੇ ਡਾਕਟਰ ਨੇ ਦੱਸਿਆ ਵੀ ਇੱਦਾਂ ਕਰ ਲਓ ਸਾਇੰਸ ਬਹੁਤ ਤਰੱਕੀ ਕਰ ਗਈ ਹੈ ਟੈਸਟ ਟਿਊਬ ਰਾਹੀਂ ਵੀ ਬੱਚਾ ਹੋ ਜਾਂਦਾ ਐਡੀ ਐਡੀ ਉਮਰ ਵਿੱਚ ਬੱਚਾ ਹੋ ਜਾਂਦਾ 60-65-70 ਸਾਲ ਦੀ ਏਜ ਤੱਕ ਵੀ ਬੱਚਾ ਹੋ ਜਾਂਦਾ ਚਲੋ ਬਈ ਪੈਸੇ ਪੂਸੇ ਖਰਚ ਕੇ ਪ੍ਰਬੰਧ ਕੀਤਾ ਤੇ ਹੋ ਗਿਆ ਪਰ ਉਸ ਮੁਸ਼ਕਲ ਦੇ ਵਿੱਚੋਂ ਨਿਕਲੇ ਨਾ ਮੈਂ ਅੱਜ ਮੈਨੂੰ ਲੱਗਿਆ ਮੈਂ ਕਿਹਾ ਇੱਦਾਂ ਕਈਆਂ ਨੂੰ ਆਪਣੇ ਘਰੇ ਬੱਚਾ ਜੰਮੇ ਦਾ ਚਾਅ ਨਹੀਂ ਹੋਇਆ ਹੋਣਾ ਜਿੰਨਾ ਜੇ ਇਹਦਾ ਚਾਅ ਕਰਦੇ ਹੋਣਗੇ ਸੁਣੋ ਚਾਹ ਕਰਦੇ ਹੋਣਗੇ ਕਾਰਨ ਕਿਉਂ ਹੈ ਕਿ ਉਹ ਜਿਹੜਾ ਸਿੱਧੂ ਸੀ ਨਾ ਉਹ ਪੱਗ ਨੂੰ ਰੀਪ੍ਰਜੈਂਟ ਕਰਦਾ ਸੀ ਦਸਤਾਰ ਜਦੋਂ ਬੰਨ੍ਹ ਕੇ ਉਹਨਾਂ ਥਾਵਾਂ 'ਤੇ ਗਾਉਂਦਾ ਸੀ ਜਿੱਥੇ ਗੋਰੇ ਹੀ ਗਾ ਸਕਦੇ ਜਿੱਥੇ ਕਾਲੇ ਹੀ ਗਾ ਸਕਦੇ ਆ ਉਹਨਾਂ ਥਾਵਾਂ 'ਤੇ ਵੀ ਜਾ ਆਉਂਦਾ ਸੀ ਜਿੱਥੇ ਆਮ ਪੰਜਾਬੀ ਨਹੀਂ ਸੀ ਜਾਂਦਾ ਜਦੋਂ ਕਿ ਬੰਦਾ ਪੰਜਾਬੀਆਂ ਦੇ ਵਿੱਚ ਪੱਗ ਵਾਲਾ ਉੱਚਾ ਜਾਵੇ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਸਾਡੇ ਵਾਲੇ ਲੱਤਾਂ ਖਿੱਚਣ ਲੱਗ ਜਾਂਦੇ ਆ ਜਿਉਂਦਿਆਂ ਬਹੁਤ ਬੰਦੇ ਸਿੱਧੂ ਮੂਸੇਵਾਲੇ ਦੇ ਵਿਰੋਧ ਵਿੱਚ ਰਹੇ ਅਤੇ ਜਦੋਂ ਉਹਦੀ ਮੌਤ ਹੋ ਗਈ ਫਿਰ ਸਾਰੇ ਹੀ ਅੱਥਰੂ ਗੇਰਦੇ ਸੀ ਮਗਰ ਮੱਛ ਵਾਲੇ ਅੱਥਰੂ ਹੁੰਦੇ ਸਾਡੇ ਪਰ ਉਹ ਪੱਗ ਕਰਕੇ ਸੀ ਇੱਕ ਇੱਕ ਨਾਮ ਸੀ ਪੰਜਾਬੀਆਂ ਦਾ
ਉਹਨੂੰ ਵੇਖ ਵੇਖ ਕੇ ਨਵੇਂ ਬੱਚੇ ਕਈ ਪੱਗਾਂ ਬੰਨਣ ਲੱਗ ਗਏ ਸੀ। ਸੋ ਕਿਤੇ ਨਾ ਕਿਤੇ ਉਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਅੱਜ ਉਹਨਾਂ ਦੇ ਘਰ ਫਿਰ ਰੌਣਕ ਆਈ, ਜਿੱਥੇ ਸਾਰੇ ਵਰਲਡ ਦੇ ਵਿੱਚ ਬੈਠੇ ਸਿੱਖਾਂ ਨੂੰ ਨਹੀਂ ਬਾਕੀ ਲੋਕਾਂ ਨੂੰ ਵੀ ਦੁੱਖ ਲੱਗਾ ਸੀ, ਉੱਥੇ ਕਈਆਂ ਨੂੰ ਥੋੜ੍ਹੀ ਖੁਸ਼ੀ ਮਿਲੀ ਅੱਜ ਵੀ ਚੱਲ ਇਸ ਟੱਬਰ ਦੇ ਵਿੱਚ ਫਿਰ ਰੌਣਕ ਆਈ। ਅਸੀਂ ਸਾਰਿਆਂ ਦੇ ਘਰ ਦੀ ਰੌਣਕ ਵਾਸਤੇ ਮੰਗੀਏ, ਸੁੱਖ ਮੰਗੀਏ, ਇਕੱਲੇ ਉਸ ਪਰਿਵਾਰ ਲਈ ਨਹੀਂ, ਹਰ ਪਰਿਵਾਰ ਲਈ, ਜਿਸ ਤੇ ਵੀ ਕਿਸੇ ਦੇ ਘਰੇ ਇਦਾਂ ਦੀ ਤਕਲੀਫ ਆਵੇ, ਤੁਸੀਂ ਅੰਦਰੋਂ ਭਾਵ ਰੱਖਿਆ ਕਰੋ ਵੀ ਯਾਰ ਇਹਦਾ ਵੀ, ਇਹਦੇ ਘਰ ਫਿਰ ਰੌਣਕ ਆਵੇ, ਇਹਦਾ ਵੀ ਭਲਾ ਹੋਵੇ, ਇਹ ਵੀ ਕਿਤੇ ਖੁਸ਼ ਹੋਵੇ, ਇਹਦੇ ਘਰ ਜਿਹੜੀ ਥੋੜ੍ਹਾ ਉਹ ਪੂਰੀ ਹੋਵੇ। ਬਾਕੀ ਮੈਂ ਆਪ ਜੀ ਨੂੰ ਸਭ ਨੂੰ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਕਈ ਵਾਰੀ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਬੱਚਾ ਨਾ ਆਵੇ ਤਾਂ ਵੀ ਤੈਨੂੰ ਆਪਣੇ ਆਪ ਨੂੰ ਇੰਨਾ ਤਕੜਾ ਕਰਨਾ ਪੈਣਾ ਹੈ ਵੀ ਤੂੰ ਖੁਸ਼ ਰਹਿ ਸਕੇ। ਤੈਨੂੰ ਖੁਸ਼ ਰਹਿਣਾ ਪੈਣਾ, ਸਿੱਖਣਾ ਪੈਣਾ ਖੁਸ਼ ਰਹਿਣਾ। ਮਾਫ ਕਰਨਾ, ਕਈਆਂ ਦੇ ਬੱਚਾ ਨਹੀਂ, ਬੜੇ ਲੋਕ ਖੁਸ਼ ਹੈਗੇ ਫਿਰ ਵੀ। ਅਮਰੀਕਾ ਕੈਨੇਡਾ ਵਿੱਚ ਅੱਜ ਕੱਲ੍ਹ ਟੈਨਸ਼ਨ ਇਹ ਹੈ ਕਿ ਬੱਚੇ ਨਹੀਂ ਪੈਦਾ ਕਰਨਾ ਚਾਹੁੰਦੇ ਗੋਰੇ, ਪਤੀ ਪਤਨੀ ਹੈਗੀ ਕਹਿੰਦੇ ਬੱਚਾ ਚਾਹੀਦਾ ਨਹੀਂ, ਉਹਨਾਂ ਨੂੰ ਸਰਕਾਰਾਂ ਕਹਿ ਰਹੀਆਂ। ਕਈ ਥਾਵਾਂ ਉੱਤੇ ਜਪਾਨ ਵਿੱਚ ਪੈਸੇ ਦਿੰਦੇ ਨੇ, ਕਹਿੰਦੇ ਪੈਸਾ ਇੰਨਾ ਦਿਆਂਗੇ ਬੱਚਾ ਲਿਆਓ, ਇੱਕ ਬੱਚਾ ਚਾਹੀਦਾ, ਕਹਿੰਦੇ ਬੱਚਾ ਪੈਦਾ ਨਹੀਂ ਕਰਨਾ। ਇੱਦਾਂ ਦੀ ਸੋਚ ਵੀ ਲੋਕਾਂ ਦੀ ਬਣ ਗਈ, ਬੱਚਾ ਹੀ ਨਹੀਂ ਚਾਹੀਦਾ। ਸੋ ਕਿਤੇ ਨਾ ਕਿਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਵੀ ਮੈਂਟਲੀ ਆਪਣੇ ਆਪ ਨੂੰ ਸਟਰੋਂਗ ਕਰੋ। ਹੋ ਸਕਦਾ ਤੂੰ ਡਾਕਟਰ ਕੋਲ ਵੀ ਜਾਵੇਂ, ਤੂੰ ਪੈਸਾ ਵੀ ਖਰਚ ਦੇਵੇਂ, ਫਿਰ ਵੀ ਬੱਚਾ ਨਾ ਆਵੇ, ਫਿਰ ਵੀ ਤੈਨੂੰ ਆਪਣੇ ਆਪ ਨੂੰ ਕਰੜਾ ਕਰਨਾ ਪੈਣਾ, ਤੈਨੂੰ ਖੁਸ਼ ਰਹਿਣਾ ਪੈਣਾ, ਤੈਨੂੰ ਨਿਕਲਣਾ ਪੈਣਾ ਉਸ ਚੀਜ਼ 'ਚ। ਹਰ ਪ੍ਰੋਬਲਮ ਦੇ ਵਿੱਚੋਂ ਨਾ ਯਾਦ ਰੱਖਣਾ ਤੁਸੀਂ ਨਿਕਲ ਸਕਦੇ ਆ, ਹਰ ਪ੍ਰੋਬਲਮ ਦੇ ਵਿੱਚੋਂ। ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਜ਼ਿੰਦਗੀ 'ਚ ਆਉਂਦੀਆਂ ਹੀ ਰਹਿੰਦੀਆਂ, ਪਰ ਆਪਣੇ ਆਪ ਨੂੰ ਚਾਹ ਕੇ ਤੂੰ ਉਸ ਵਿੱਚੋਂ ਬਾਹਰ ਨਿਕਲ ਸਕਦਾ। ਹੱਥ ਪੈਰ ਮਾਰਨੇ ਪੈਣਗੇ, ਤੈਨੂੰ ਥਾਂ ਬਦਲਣੀ ਪਊਗੀ, ਕੋਈ ਜਗ੍ਹਾ ਬਦਲਣੀ ਪਊਗੀ, ਹੋ ਸਕਦਾ ਕੋਈ ਨਵਾਂ ਕੰਮ ਸ਼ੁਰੂ ਕਰਨਾ ਪਵੇ, ਕੋਈ ਨਵੇਂ ਕੰਮ 'ਚ ਆਪਣੇ ਆਪ ਨੂੰ ਲਾ ਲਈਦਾ ਵੀ ਯਾਰ ਹੁਣ ਪੰਗਾ ਪੈ ਗਿਆ, ਘਰ 'ਚ ਮੌਤ ਹੋ ਗਈ, ਹੁਣ ਬਿਜੀ ਕਰ ਆਪਣੇ ਆਪ ਨੂੰ। ਬਿਜੀ ਬੰਦਾ ਜਿਹੜਾ ਹੁੰਦਾ ਨਾ ਉਹਦਾ ਸਾਰਾ ਦੁੱਖ ਘਟ ਜਾਂਦਾ, ਜਿਹੜਾ ਬੰਦਾ ਵਿਹਲਾ ਸੋਚੀ ਜਾਂਦਾ, ਉਧਰੋਂ ਕੋਈ ਤੁਹਾਡੇ 'ਤੇ ਪ੍ਰੋਬਲਮ ਪਈ ਆ ਉਧਰੋਂ ਤੁਸੀਂ ਸੋਚੀ ਜਾਂਦੇ ਆ, ਜਦੋਂ ਭੋਗ ਪੈ ਗਿਆ, ਜਦੋਂ ਕੰਮ ਨਿਬੜ ਗਿਆ, ਨਾਲ ਹੀ ਕੰਮ 'ਤੇ ਚੱਲੋ, ਕੰਮ ਸ਼ੁਰੂ ਕਰੋ, ਤੁਹਾਡਾ ਧਿਆਨ ਦੂਜੇ ਪਾਸੇ ਰਹਿਣਾ ਚਾਹੀਦਾ। ਇੱਕ ਚੀਜ਼ ਤੋਂ ਧਿਆਨ ਹਟਾ ਕੇ ਦੂਜੇ ਵਾਲੇ ਪਾਸੇ, ਕੰਮ ਵਾਲੇ ਪਾਸੇ ਆਪਣੇ ਆਪ ਨੂੰ ਲਾ ਲਈਦਾ, ਇੱਕ ਥਾਂ 'ਤੇ ਸਟੱਕ ਨਹੀਂ ਹੋ ਜਾਈਦਾ, ਇੱਕ ਥਾਂ 'ਤੇ ਖੜ੍ਹੇ ਨਹੀਂ ਰਹੀਦਾ, ਆਪਣੇ ਆਪ ਨੂੰ ਕੱਢੀਦਾ। ਅਤੇ ਜਦੋਂ ਤੁਸੀਂ ਕੋਸ਼ਿਸ਼ ਕਰੋਗੇ ਤਾਂ ਜ਼ਰੂਰ ਨਿਕਲੋਗੇ। ਸੋ ਇਸ ਕਰਕੇ ਜੋ ਸਿੱਧੂ ਦੇ ਪਰਿਵਾਰ ਨੂੰ ਮੈਂ ਵੇਖਿਆ, ਉਹਦੇ ਮਾਤਾ ਪਿਤਾ ਨਾ ਜਦੋਂ ਉਹ ਸਿੱਧੂ ਦੀ ਮੌਤ ਹੋ ਗਈ, ਮਹੀਨੇ ਡੇਢ ਮਹੀਨੇ ਬਾਅਦ ਲੋਕਾਂ ਦੇ ਜਾਣ ਲੱਗ ਗਏ, ਕਦੇ ਕਿਸੇ ਦੇ ਦੁੱਖ 'ਚ ਜਾ, ਕਦੇ ਕਿਸੇ ਦੇ ਮਰੇ 'ਤੇ ਜਾ, ਕਦੇ ਕਿਸੇ ਦੇ ਜੰਮੇ 'ਤੇ ਜਾ, ਇੱਥੇ ਵੀ ਆਉਂਦੇ ਮੈਨੂੰ ਮਿਲ ਕੇ ਗਏ, ਮੈਂ ਵੀ ਜਾ ਕੇ ਆਇਆ। ਆ ਸਾਡੇ ਸਾਹਮਣੇ ਇੱਥੇ ਨਾ ਬਿਲਕੁਲ ਸਾਹਮਣੇ ਹਵੇਲੀ ਬਣੀ ਹੈ, ਹਵੇਲੀ ਸਾਹਮਣੇ ਬਣੀ ਨਾ ਇੱਕ ਰੋਡ ਤੋਂ ਪਰਲੇ ਪਾਸੇ, ਇਹ ਹਵੇਲੀ ਸਿੱਧੂ ਮੂਸੇ ਵਾਲੇ ਦੇ ਸਹੁਰਿਆਂ ਦੀ ਹੈ, ਇੱਥੇ ਮੰਗਿਆ ਹੋਇਆ ਸੀ ਉਹ। ਜਿਸ ਬੰਦੇ ਨੇ ਹਵੇਲੀ ਬਣਾਈ ਹੈ ਨਾ, ਇਹਨਾਂ ਦੀ ਬੇਟੀ ਦੇ ਨਾਲ ਮੰਗਿਆ ਹੋਇਆ ਸੀ, ਸੰਘਰੇੜੀ ਪਿੰਡ ਸੀ ਨਾ, ਅਤੇ ਉੱਥੇ ਆਪਾਂ ਦੀਵਾਨ ਵੀ ਲਾਉਂਦੇ ਰਹੇ ਹਾਂ।
ਤੇ ਇਹਨਾਂ ਨੇ ਇੱਥੇ ਬਣਾਈ, ਇਹਦਾ ਨਾਂ ਜਿਹੜਾ ਰੱਖਿਆ ਨਾ ਬਾਈ ਜੀ ਦੀ ਹਵੇਲੀ, ਬਾਈ ਜੀ ਕਹਿੰਦੇ ਸੀ ਸਿੱਧੂ ਨੂੰ, ਉਹਦੇ ਨਾਂ 'ਤੇ ਰੱਖਿਆ ਨਾਮ। ਅਤੇ ਉਹ ਇਹਨਾਂ ਦਾ ਪਰਿਵਾਰ ਸੰਘਰੇੜੀ ਹੈ। ਮੈਨੂੰ ਜਦੋਂ ਸਿੱਧੂ ਮੂਸੇਵਾਲਾ ਮਿਲਿਆ, ਮੈਨੂੰ ਕਹਿੰਦਾ ਵੀ ਮੇਰੇ ਆਨੰਦ ਕਾਰਜ ਹੋਣੇ ਨੇ ਉਦੋਂ ਵਿਆਹ 'ਤੇ ਤੁਸੀਂ ਆਇਓ। ਮੈਂ ਕਿਹਾ ਆਊਂ ਕਦੋਂ ਕਦੋਂ ਮੈਂ ਹਾਂ ਕਰਨਾ? ਕਹਿੰਦੇ ਖਰੇ ਜੂਨ ਜੁਲਾਈ ਦੇ ਵਿੱਚ ਹੀ ਰੱਖਿਆ ਹੋਏ ਗਰਮੀ 'ਚ। ਮੈਂ ਕਿਹਾ ਇੰਨੀ ਗਰਮੀ 'ਚ? ਕਹਿੰਦੇ ਕੋਈ ਨਹੀਂ, ਪਕੌੜੀ ਖਾਣੇ ਪਿੰਡਾਂ ਵਾਲੇ, ਤੁਹਾਨੂੰ ਪਤਾ ਹੀ, ਟੈਂਟ ਟੁੰਟ ਲਾ ਦਿਆਂਗੇ, ਇੱਦਾਂ ਕਰਕੇ ਆਪਾਂ ਕਰ ਲੈਣਾ। ਮੈਂ ਕਿਹਾ ਠੀਕ ਹੈ। ਅਤੇ ਕਹਿੰਦਾ ਘਰਾਚੋਂ ਤੁਸੀਂ ਆਇਓ, ਉੱਥੋਂ ਆਪਾਂ ਫਿਰ ਚੱਲਾਂਗੇ ਇੱਧਰ ਨੂੰ। ਮੈਂ ਕਿਹਾ ਚੱਲਾਂਗੇ। ਉਹ ਚਲੋ ਬਾਅਦ ਵਿੱਚ ਹੋਰ ਹੀ ਕੁਛ ਬਣ ਗਿਆ ਸਮਾਂ, ਪਰ ਉਹਨਾਂ ਦੇ ਮਾਂ ਪਿਓ ਨੇ ਹੌਂਸਲਾ ਨਹੀਂ ਛੱਡਿਆ ਸਿੱਧੂ ਦੇ ਨਾਲੇ, ਚਾਹੇ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ, ਉਹ ਅਜੇ ਤੱਕ ਵੀ ਉਹਨਾਂ ਦੇ ਅੰਦਰ ਉਹ ਜਿਹੜਾ ਦਰਦ ਆ ਉਹ ਤਾਂ ਰਹਿਣਾ ਹੀ ਹੈ। ਪਰ ਆਪਣੇ ਆਪ ਨੂੰ ਕਾਇਮ ਕਰ ਲੈ, ਕਦੇ ਕਿਸੇ ਦੇ ਦੁੱਖ 'ਚ ਜਾ, ਕਦੇ ਕਿਸੇ ਦੇ ਸੁੱਖ 'ਤੇ ਜਾ, ਕਦੇ ਕਿਤੇ ਜਾ, ਕਦੇ ਕਿਤੇ ਜਾ, ਆਪਣੇ ਆਪ ਨੂੰ ਕਾਇਮ ਕੀਤਾ। ਫਿਰ ਚਲੋ ਆ ਡਾਕਟਰਾਂ ਦੀ ਸਲਾਹ ਲੈ ਲਈ, ਆਹ ਜਿਹੜੀ ਨਵੀਂ ਗੱਲ ਹੋਈ ਉਹਦੇ ਵਿੱਚੋਂ ਨਿਕਲ ਆਏ। ਫਿਰ ਅੱਜ ਸਾਰਾ ਕੰਮ ਤਾਂ ਨਹੀਂ ਘਟਿਆ ਹੋਣਾ, ਇਹ ਤਾਂ ਗੱਲ ਪੱਕੀ ਹੈ, ਪਰ 50% ਜਿਹੜਾ ਨਾ ਅੰਦਰ ਜ਼ਖਮਾਂ ਨੂੰ ਮਲਮ ਲੱਗ ਗਈ ਹੋਣੀ। ਉਹ ਸਿੱਧੂ ਮੂਸੇਵਾਲਾ ਤਾਂ ਔਖਾ ਬਣਨਾ, ਪਰ ਫਿਰ ਵੀ ਅੱਜ ਕਿਤੇ ਉਹ, ਤਾਂ ਕਰਕੇ ਜਦੋਂ ਤੁਸੀਂ ਚਾਹੋਗੇ ਤੁਸੀਂ ਨਿਕਲੋਗੇ। ਕੁਝ ਸੋਚੋ, ਡਿਪਰੈਸ਼ਨ ਹੋ ਗਿਆ, ਮੈਂ ਸੋਚੀ ਜਾਂਦਾ ਹਾਏ ਮੈਂ ਮਰ ਚੱਲਿਆ, ਹੁਣ ਮੈਨੂੰ ਕੀ ਬਣੂ, ਮੈਂ ਮਰ ਜਾਣਾ, ਮੈਂ ਮਤਲਬ ਨਿਕਲ ਇਹਦੇ 'ਚੋਂ, ਹੁਣ ਖੜਾ ਹੋ, ਕਾਇਮ ਹੋ। ਸੋਚ ਸੋਚ ਕੇ ਤਾਂ ਕੁਛ ਨਹੀਂ ਬਣਨਾ, ਕੁਛ ਕਰ ਨਵਾਂ, ਕੋਈ ਕੰਮ ਸ਼ੁਰੂ ਕਰ ਲੈ, ਆਪਣੇ ਆਪ ਨੂੰ ਬਿਜੀ ਕਰ ਲੈ।